ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਨਿਰਮਲ ਸਿੰਘ ਔਲਖ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ। ਅਕਸਰ ਇੰਟਰਨੈਟ ਦੇ ਜ਼ਰੀਏ ਯੂਟਿਊਬ ਥਰੂ ਮੇਰੀ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਮੇਰਾ ਵਿਸ਼ਾ ਹੁੰਦਾ ਤੁਹਾਡੇ ਨਾਲ ਬਾਕੀ ਦਾ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਤੁਹਾਡੇ ਬਹੁਤ ਸਾਰੇ ਮੈਸੇਜ ਆਏ ਹੋਏ ਸੀ ਕਿ ਪੇਟ ਦੇ ਵਿੱਚ ਗੈਸ ਬਣਦੀ ਹੈ। ਮੈਂ ਤੁਹਾਨੂੰ ਘਰੇਲੂ ਨੁਸਖੇ ਦੱਸਦਾ ਰਹਿੰਦਾ ਪਹਿਲਾਂ ਵੀ। ਸਬਜ਼ੀ ਦੇ ਵਿੱਚ ਥੋੜ੍ਹੀ ਜਿਹੀ ਆਪਾਂ ਹਿੰਗ ਪਾ ਲਈਏ, ਉਹਦੇ ਨਾਲ ਪੇਟ ਦੇ ਵਿੱਚ ਗੈਸ ਨਹੀਂ ਬਣਦੀ ਬਿਲਕੁਲ। ਇਹ ਮੇਰਾ ਪ੍ਰੈਕਟੀਕਲ ਹੈ। ਦੂਸਰਾ ਇਹਦਾ ਉਪਾਅ ਇਹ ਹੈ ਵੀ ਲਸਣ ਨੂੰ ਸਿੱਲ ਲਓ, ਉਹਦੀ ਇੱਕ ਆ ਜਿਹਨੂੰ ਆਪਾਂ ਤੁਰਕੀ ਕਹਿੰਦੇ ਹੁੰਦੇ ਹਾਂ, ਪੋਥੀ ਦੇ ਵਿੱਚੋਂ ਛਿੱਲਿਆ ਹੋਇਆ ਇੱਕ ਪੀਸ, ਇਹ ਸਵੇਰੇ ਦਲਡ ਜਿਹਾ ਕਰਕੇ ਪਾਣੀ ਨਾਲ ਖਾ ਲਓ ਖਾਲੀ ਪੇਟ, ਇਹਦੇ ਨਾਲ ਵੀ ਗੈਸ ਨਹੀਂ ਬਣਦੀ। ਤੀਜਾ ਨੁਕਤਾ ਇਹਦਾ ਇਹ ਹੈ ਕਿ ਤੁਸੀਂ ਅਜਵਾਇਣ ਲੈ ਲਓ, ਉਹਨੂੰ ਪਾਣੀ 'ਚ ਉਬਾਲ ਲਓ, ਪੁਣ ਕੇ ਕਿਸੇ ਬੋਤਲ ਦੇ ਵਿੱਚ ਪਾ ਲਓ, ਦੋ ਦੋ ਚਮਚੇ ਦੋ ਟਾਈਮ ਸਵੇਰੇ ਖਾਲੀ ਪੇਟ ਲੈ ਲਓ, ਸ਼ਾਮ ਨੂੰ ਖਾਣੇ ਤੋਂ ਪਹਿਲਾਂ ਲੈ ਲਓ। ਇਹਦੇ ਨਾਲ ਪੇਟ ਗੈਸ ਤੋਂ ਰਾਹਤ ਮਿਲੂਗੀ ਔਰ ਪੇਟ ਦੇ ਵਿੱਚ ਗੈਸ ਨਹੀਂ ਬਣੂਗੀ।